ਸਾਰੇ ਮੇਰੇ ਸਾਥੀ ਕਾਲ ਮੇਗਾ ਗੰਦੀਕੌਰ ਮਾਂਛਾ ਯਾ ਸਵਾਗਤ ਕਰਦੇ ਹਾਂ ਤੁਹਾਡੇ ਮੌਨਸਪੈਡਰਸ ਕਿਚਨ ਚੈਨਲ ਤੇ ਅੱਜ ਮੈਂ ਤੁਹਾਨੂੰ ਸਿਖਾ ਰਾਂਗੀ ਮੰਗੋ ਕਸਟਰਡ ਦੀ ਰੈਸਪੀ ਬਹੁਤ ਹੀ ਟੇਸਟੀ ਬਹੁਤ ਹੀ ਯਮਮੀ ਕਸਟਰਡ ਬਣ ਕੇ ਤਿਆਰ ਹੋਊਗਾ ਬਿਲਕੁਲ ਫਰੈਸ਼ ਮੰਗੋ ਪਾ ਕੇ ਆਪਾਂ ਇਹ ਬਣਾਵਾਂਗੇ ਸੋ ਸ਼ੁਰੂ ਕਰਦੇ ਆਪਾਂ ਰੈਸਪੀ ਇਹ ਮੈਂ ਲੈ ਰਹੀ ਹਾਂ 500 ml ਦੁੱਧ ਯਾਨੀ ਕਿ ਅੱਧਾ ਕਿਲੋ ਦੁੱਧ ਔਰ ਦੁੱਧ ਨੂੰ ਆਪਾਂ ਗਰਮ ਕਰਨ ਲਈ ਰੱਖਦੇ ਜੇ ਉਬਾਲ ਆਉਣ ਦਾਵਾਂਗੇ ਇੱਥੇ ਦੁੱਧ ਨੂੰ ਆਉਂਦਾ ਉਬਾਲ ਆਪਾਂ ਕਰਦੇ ਥੋੜਾ ਜਿਹਾ ਕੋਲਿਜ ਅਲੱਗ ਦੁੱਧ ਤੋਂ ਦੁੱਧ ਲੈ ਕੇ ਨਾ ਠੰਡ ਇਦੇ ਵਿੱਚ ਆਪਾਂ ਕਸਟਰਡ ਮਿਕਸ ਕਰ ਲੈਣੇ ਆ। ਇਹ ਵੈਨੀਲਾ ਕਸਟਰਡ ਹੈ। 3 ਚਮਚ ਮੈਂ ਪਾਉਂਗੀ ਕਸਟਰਡ ਪਾਊਡਰ ਦੀ। ਇਹ ਪਹਿਲਾਂ ਤਾਂ ਆਪਾਂ ਕਸਟਰਡ ਬਣਾਉਣਾ ਜਿਵੇਂ ਆਪਾਂ ਨਾਰਮਲ ਕਸਟਰਡ ਬਣਾਉਂਦੇ ਆ। ਔਰ ਇਹਨੂੰ ਦੁੱਧ ਵਿੱਚ ਮਿਕਸ ਕਰ ਲਾਂਗੇ ਤਾਂ ਕਿ ਇਹਦੇ ਵਿੱਚ ਗੰਡਾ ਨਾ ਰਹਿਣ। ਕਸਟਰਡ ਹੋ ਗਿਆ ਮਿਕਸ। ਤੇ ਉਧਰ ਆਪਣੇ ਦੁੱਧ ਨੂੰ ਵੀ ਵਾਲ ਆ ਗਿਆ। ਔਰ ਜਿਵੇਂ ਵਾਲ ਆਉਗੇ ਤੇ ਪਿੱਛੇ ਆਪਾਂ ਪਾ ਦਾਂਗੇ ਚੀਨੀ। ਚੀਨੀ ਥੋੜੀ ਘਾਟੀ ਪਾਏਕੋਂਗੇ। ਆਪਾਂ ਮੰਗੋ ਯੂਜ਼ ਕਰਾਂਗੇ। ਮੰਗੋ ਹੀ ਮਿੱਠਾ ਹੋਊਗਾ। ਇਸ ਲਈ ਚੀਨੀ ਨੂੰ ਥੋੜੀ ਘਾਟੀ ਪਾਇਓ। ਦੁੱਧ ਨੂੰ ਅਗਾਛੇਤਰਾ ਬਾਲਤੀਂ ਨਹੀਂ ਮਿਕਸ ਹੋਣ ਦਵਾਂਗੇ ਜਿਵੇਂ ਚੀਨੀ ਮਿਕਸ ਹੋ ਗਈ ਦੇ ਵਿੱਚ ਆਪਾਂ ਪਾ ਦਾਂਗੇ ਕਸਟਰਡ ਜੋ ਕਸਟਰਡ ਪਾਉਣਾ ਇੱਕ ਵਾਰ ਕਸਟਰਡ ਨੂੰ ਫਿਰ ਹਿਲਾ ਲੈ ਕਿਉਂਕਿ ਨੀਚੇ ਬਹਿ ਜਾਂਦਾ ਤੇ ਥੋੜਾ ਥੋੜਾ ਪਾਵਾਂਗੇ ਤੇ ਹਿਲਾਵਾਂਗੇ ਤੇ ਗੈਸ ਹੁਣ ਤੁਸੀਂ ਇੱਥੇ ਲੋ ਜਾਂ ਮੀਡੀਅਮ ਰੱਖ ਲਿਓ ਉਹ ਕਸਟਰਡ ਪਾਉਣਾ ਦੁੱਧ ਇੱਕਦਮ گاੜਾ ਹੋ ਜਾਂਦਾ ਤੇ ਇੱਕ ਵਾਰ ਨੀਚੇ ਵੀ ਲੱਗ ਜਾਂਦਾ ਦੁੱਧ ਉਹ ਤੁਸੀਂ ਇਹਦੇ ਵਿੱਚ ਉਬਲਿਆ ਹੋਇਆ ਜਾਂ ਕੱਚਾ ਫੁੱਲ ਫੈਟ ਕੋਈ ਵੀ ਯੂਜ਼ ਕਰ ਸਕਦੇ ਹੋ ਜੇ ਤੁਸੀਂ ਦੁੱਧ ਪਤਲਾ ਲੈ ਰਹੇ ਹੋਗੇ ਉਬਲਿਆ ਹੋਇਆ ਲੈ ਰਹੂਗੇ ਤਾਂ ਕਸਟਰਡ ਪਾਉਣਾ ਥੋੜਾ ਜਿਹਾ ਜ਼ਿਆਦਾ ਪਾ ਲਿਓ ਉਹ ਜਿਹੜਾ ਆਲਰੇਡੀ ਫੁੱਲ ਫੈਟ ਆ ਤਾਂ ਕਸਟਰਡ ਪਾਊਡਰ ਫੇ ਜਿਆਦਾ ਪਾਉਣ ਦੀ ਲੋੜ ਨਹੀਂ ਕਾਣਾ ਹੋਊਗਾ ਦੁੱਧ ਦਾ। ਔਰ 1-2 ਮਿੰਟ ਲਈ ਇਹਨੂੰ ਪੱਕਣ ਦਵਾਵਾਂਗੇ ਤਾਂ ਕਿ ਆਪਣਾ ਕਸਟਰਡ ਪਾਊਡਰ ਪੱਕ ਜਾਈਏ ਛੇ ਤਰ੍ਹਾਂ ਤੇ ਉਹਦਾ ਟੇਸਟ ਵੀ ਅੱਛਾ ਆ ਜਾਏ ਤੇ ਆਪਾਂ ਦਾ ਜਿਹੜਾ ਦੁੱਧ ਦਾ ਹੋਰ ਵੀ ਗਾਣਾ ਹੋ ਜਾਏ ਕਸਟਰਡ ਜਿਹੜਾ ਗਾਣਾ ਹੋ ਜਾਏ। 1-2 ਮਿੰਟ ਲਈ ਪੱਕਣ ਦਵਾਵਾਂਗਾ ਮੀਡੀਅਮ ਗੈਸ ਤੇ। ਔਰ ਹਿਲਾਇਆ ਜਾਣਾ ਹੁਣ ਹਲਾਉਣ ਨੂੰ ਨਹੀਂ ਹਟਾ ਕਿਉਂਕਿ ਨਾ ਕਸਟਰਡ ਜੋ ਬਣ ਕੇ ਗਾਣਾ ਹੋ ਜਾਂਦਾ ਫਨੀਚੇ ਲੱਗਦਾ। ਤੇ ਹੁਣ ਆਪਾਂ ਉਤਾਰ ਲਿਆ ਗੈਸ ਤੋਂ ਦੇਖੋ ਕਸਟਰਡ ਬਣ ਕੇ ਆਪਣਾ ਤਿਆਰ ਇਨੂੰ ਬਿਲਕੁਲ ਠੰਡਾ ਹੁਣ ਦਵਾਂਗੇ ਰੂਮ ਟੈਂਪਰੇਚਰ ਤੇ ਪਹਿਲਾਂ ਜੇ ਰੂਮ ਟੈਂਪਰੇਚਰ ਤੇ ਆ ਗਿਆ ਫਿਰ ਦੋ ਤਿੰਨ ਘੰਟੇ ਲਿਆ ਪਰ ਰੱਖਾਂਗੇ ਫ੍ਰਿਜ ਵਿੱਚ ਤਾਂ ਕਿ ਪੂਰੀ ਤਰੀਕੇ ਨਾਲ ਇਹ ਇੱਕਦਮ ਚਿਲਡ ਹੋ ਜੇ ਹੁਣ ਇਹ ਠੰਡਾ ਹੋਸਟੜੀ ਅੱਛਾ ਲੱਗੂਗਾ ਨਾ ਪਾ ਰੱਖ ਦੇਣਾ ਫ੍ਰਿਜ ਵਿੱਚ ਤੇ ਇਹ ਮਲੇਰੀਆ ਮੰਗੋ ਮੰਗੋ ਦੇ ਬਹੁਤ ਹੀ ਮੋਟੇ-ਛੋਟੇ ਪੀਸ ਕੱਟੇ ਨੇ ਮੰਗੋ ਮਿੱਠਾ ਹੋਵੇ ਤਾਂ ਅੱਜਾ ਦਾ ਅੱਛਾ ਨਾ ਮਿੱਠਾ ਮੰਗੋ ਹੀ ਲਊਗਾ ਅੱਛਾ ਲੱਗੂਗਾ ਇੰਨਾ ਕੁ ਮੰਗੋ ਮੈਂ ਰੱਖ ਲੈ ਇਹਨੂੰ ਆਪਾਂ ਗਾਰਨਿਸ਼ ਕਰਾਂਗੇ ਉਸ ਤੋਂ ਬਾਅਦ ਵਿੱਚ ਇਦ ਵਿੱਚ ਪਾ ਦਾਂਗੇ ਆਪਣਾ ਕਸਟੜ ਠੰਡਾ ਹੋ ਚੁੱਕਾ ਹੈ ਪੂਰੇ ਤਰੀਕੇ ਨਾਲ ਕਸਟੜ ਥੋੜਾ ਜਿਹਾ ਕਸਟੜ ਪਾਵਾਂਗੇ ਪਹਿਲਾਂ ਜਿਆਦਾ ਨਹੀਂ ਪਾਵਾਂਗੇ ਔਰ ਇਨ ਕੁੜਾ ਨਾ ਥੋੜਾ ਮੈਸ਼ ਕਰ ਲੈਣਾ ਵਾ ਬਲੈਂਡਰ ਨਾਲ ਥੋੜਾ ਥੋੜਾ ਮੈਸ਼ ਕਰੂ ਮੈਂ ਸਾਰਾ ਮੰਗੋ ਨਹੀਂ ਮੈਸ਼ ਕਰੂ ਵਿੱਚ ਥੋੜਾ ਟੁਕੜੇ ਜਿਹਾ ਵੀ ਰਹਿਣ ਮੰਗੋ ਦੇ ਤੇ ਥੋੜਾ ਜਿਹਾ ਮੰਗੋ ਵਿੱਚ ਮੈਸ਼ ਵੀ ਹੋ ਜਾਏ ਫਿਰ ਉਹ ਅੱਛਾ ਲੱਗਦਾ ਤੁਸੀਂ ਮੈਸ਼ਰ ਨਾਲ ਵੀ ਮੈਸ਼ ਕਰ ਸਕਦੇ ਹੋ ਜਾਂ ਫਿਰ ਤੁਸੀਂ ਉਹਦੇ ਨਾਲ ਫੋਕ ਨਾਲ ਵੀ ਕਰ ਸਕਦੇ ਹੋ ਲੈਕੋ ਮੈਂਗੋ ਹੋ ਗਿਆ ਮੈਸ਼ ਤੇ ਵਿੱਚ ਵੀ ਛੋਟੇ ਛੋਟੇ ਪੀਸ ਵੀ ਰਹੇ ਨੇ ਦੇ ਤੋ ਵੀ ਮੂੰ ਚੋਂ ਗੋਵ ਜੱਛੇ ਲੱਗਣਗੇ ਤਾਂ ਮੈਸ਼ ਹੋਣ ਦਾ ਜਿਹੜਾ ਫਲੇਵਰ ਆ ਸਾਰੇ ਕਸਟਡ ਜੀ ਆ ਜਾਂਦਾ ਉਹ ਵੀ ਅੱਛਾ ਲੱਗਦਾ ਆਪਾਂ ਬਿਲਕੁਲ ਰਣਾ ਠੰਡਾ ਕਸਟਡ ਪਾ ਕਰਤਾ ਮਿਕਸ ਇਹ ਵਿੱਚ ਬਹੁਤ ਹੀ ਸਿੰਪਲ ਜੀ ਰੈਸਪੀ ਔਰ ਜੀ ਹੁਣ ਇਹ ਮੈਂਗੋ ਤਾਂ ਸੀਜ਼ਨ ਆ ਨਾ ਮੈਂਗੋ ਸੀਜ਼ਨ ਤੁਸੀਂ ਮੈਂਗੋ ਕਸਟਡ ਨਹੀਂ ਖਾਂਦਾ ਫਿਰ ਤੁਸੀਂ ਕੁਝ ਵੀ ਨਹੀਂ ਖਾਂਦਾ ਤੁਸੀਂ ਜ਼ਰੂਰ ਟਰਾਏ ਕਰੋ ਬਹੁਤ ਜ਼ਿਆਦਾ ਟੇਸਟੀ ਲੱਗਦਾ ਔਰ ਫਰੈਸ਼ ਮੰਗੋ ਪਾ ਕੇ ਤੇ ਕਸਟਰਡ ਬਹੁਤ ਟੇਸਟੀ ਬਣਦਾ ਕਉਂ ਵੀ ਜੋ ਨਹੀਂ ਸੀਜ਼ਨ ਹੁੰਦਾ ਉਹ ਤਾਂ ਆਪਾਂ ਸਿੰਪਲ ਕਸਟਰਡ ਬਣਾਉਨੇ ਆ ਪਰ ਹੁਣ ਮੰਗੋ ਦਾ ਸੀਜ਼ਨ ਹੈ ਤਾਂ ਮੰਗੋ ਵਾਲਾ ਕਸਟਰਡ ਜ਼ਰੂਰ ਟਰਾਈ ਕਰਿਓ ਆਪਾਂ ਕਾਲਾਂ ਨੇ ਇਹਨੂੰ ਸਰਵ ਆ ਦੇਖੋ ਮੰਗੋ ਦੇ ਪੀਸ ਵੀ ਹੈ ਕਿ ਛੋਟੇ ਛੋਟੇ ਵਿੱਚ ਉਹ ਵੀ ਬਹੁਤ ਟੇਸਟੀ ਲੱਗਦੇ ਆ ਔਰ ਮੰਗੋ ਜਿਹੜਾ ਆਪਾਂ ਮੈਸ਼ ਹੋ ਗਿਆ ਸਾਰੇ ਕਸਟਰਡ ਚ ਫਲੇਵਰ ਹੋ ਗਿਆ ਉਹ ਵੀ ਬਹੁਤ ਅੱਛਾ ਲੱਗਦਾ ਔਰ ਬਹੁਤ ਹੀ ਜਲਦੀ ਇਹ ਬਣ ਜਾਂਦਾ ਇਹ ਬਹੁਤ ਹੀ ਛੋਟੀ ਜਿਹੀ ਰੈਸਪੀ ਹੈ ਔਰ ਮੰਗੋ ਦਾ ਸੀਜ਼ਨ ਹੁਣ ਆਪਣੇ ਘਰ ਚ ਆਮ ਮੰਗੋ ਹੁੰਦੀਆਂ ਆ ਆਪ ਨੂੰ ਗਾਰਨਿਸ਼ ਕਰ ਦਿੰਨਾ ਮੰਗੋ ਦੇ ਪੀਸ ਨਾਲ ਜਿਹੜਾ ਆਪਾਂ ਛੋਟੇ ਛੋਟੇ ਪੀਸ ਬਚਾ ਕੇ ਰੱਖੇ ਸੀ। ਔਰ ਮੰਗੋ ਦੀ ਲਗ ਲਗ ਰੈਸਪੀਸ ਟਰਾਈ ਕਰੀ ਅੱਛਾ ਵੀ ਲੱਗਦਾ ਔਰ ਸੀਜ਼ਨ ਵੀ ਹੁਣ ਮੰਗੋ ਦਾ ਫਿਰ ਸੀਜ਼ਨ ਚੱਲ ਰਿਹਾ ਇਸ ਲਈ ਤੁਸੀਂ ਟਰਾਈ ਜ਼ਰੂਰ ਕਰ ਲੋ ਰੈਸਪੀ। ਤੇ ਉੱਪਰ ਪਾ ਦੇ ਟੂਟੀ ਫਰੂਟੀ ਤੇ ਲੁੱਕ ਹੋਰ ਵੀ ਅੱਛੀ ਆਵੇ। ਕਸਟ ਆਪਣਾ ਬਣ ਕੇ ਤਿਆਰ ਹੈ ਤੁਸੀਂ ਵੀ ਜ਼ਰੂਰ ਟਰਾਈ ਕਰਿਓ। ਔਰ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਕਰੋ ਲਾਈਕ ਕਰਨ ਚ ਕੰਜੂਸੀ ਨਾ ਕਰਿਆ ਕਰੋ ਪਲੀਜ਼ ਹੁਣੇ ਲਾਈਕ ਕਰ ਦੋ ਫਿਰ ਤੁਸੀਂ ਭੁੱਲ ਜਾਣਾ। रोज़ कस्टर्ड बन के तैर आिल्कुल ठंडा चिल्ड कस्टर्ड है तुम्हें तो भी बनाओ तो इंजॉय करो तो अज्जे रैसिपी अच्छी लगी हो वीडियो में लाइक करो बद तो वेयर करो तो जिसने चैनल में सबसक्राइब नहीं किया सबसक्राइब कर लिये मिलेंगे एक होर वीडियो लेकर लैके दें गुड बाय सत श्रीकाल